ਲਾ ਦੋ ਆ ਪੀਕ ਟਾਈਮ ਲਾ ਕੇ ਚੱਕ ਲਈਦਾ ਯਾਰ ਅੱਜ ਨਾ ਮੈਂ ਸਵੇਰੇ ਸਵੇਰੇ ਉੱਠਿਆ ਮਤਲਬ ਇੱਥੇ ਦਾ ਅੰਮ੍ਰਿਤ ਵੇਲਾ ਇਹੀ ਆ ਯਾਰ 10:30-11 ਇੱਥੇ ਹੀ ਸਵੇਰਾ ਹੁੰਦਾ ਇੱਥੇ ਕੋਈ ਨੀ ਕਹਿੰਦਾ ਘਰ ਦੇ ਇੱਥੇ ਘਰ ਦੇ ਉਹ ਕਹਿਣ ਵਾਲੇ ਨੀ ਉਹਨੇ ਦੇਖ ਲਾ ਫਲਾਣੇ ਦਾ ਮੁੰਡਾ ਪੱਟੇ ਲੈ ਕੇ ਮੁੰਡਾ ਇੱਥੇ ਇੱਥੇ ਬਸ ਸਿਰਫ ਜਿਹੜੇ ਜਾਂਦੇ ਉਹ ਆਉਂਦੀ 8:00-6:00 ਨੇ ਉਹਨਾਂ ਨੇ ਆਉਣ ਤੋਂ ਪਹਿਲਾਂ ਉੱਠ ਖੜਦਾ ਇੱਥੇ ਜੇ ਘਰ ਦੇ ਹੋਣ ਤਾਂ ਮਿਲਣਾ ਦਾ ਮੈਨੂੰ ਇਹ ਕਹਿਣ ਉੱਠ ਖੜ ਪੁੱਤ ਜਵਾਕ ਸਕੂਲੋਂ ਮੁੜੇ ਪਰ ਹੁਣ ਸਕੂਲ ਲੱਗਦੇ ਨੇ ਇਹ ਨੀ ਆਉਂਦਾ ਮੈਂ ਨਾ ਜਦੋਂ ਸਵੇਰੇ ਸਵੇਰੇ ਉੱਠਿਆ ਮਤਲਬ ਮੈਨੂੰ ਮੁਸ਼ਕਿਲ ਆਇਆ ਯਾਰ ਮੈਂ ਜਿਵੇਂ ਨਾ ਬਾਹਰ ਕੋਈ ਛੱਲੀ ਜਿਹੀ ਭੁੰਨ ਰਿਹਾ ਹੁੰਦਾ ਗਾ ਤੇ ਮੈਂ ਕਿਹਾ ਵੀ ਚੱਲ ਮੈਂ ਨਿੰਬੂ ਜਿਹਾ ਲਿਆਉਣਾ ਯਾਰ ਨਿੰਬੂ ਜਿਹਾ ਮੈਂ ਇੱਥੇ ਜਿਕਰ ਯਾਰ ਮੈਂ ਯਾਰ ਕਿਤੇ ਮੇਰੀ ਯਾਰ ਵੀ ਮੇਰੇ ਇਹਦੇ ਕੱਛਾਂ ਨੂੰ ਆ ਰਿਹਾ ਯਾਰ ਮੁਸ਼ਕਿਲ ਬਣਾਉਣਾ ਆਈ ਕਾਂਟ ਅੰਡਰਸਟੈਂਡ ਯਾਰ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਨਿੰਬੂ ਹੁਣ ਕੱਛਾਂ ਨਿਕਲਦਾ ਮੈਂ ਕਿਤੇ ਹੋਰ ਹੀ ਤਰ੍ਹਾਂ ਅਜੀਬ ਜਿਹੀ ਸਮੈਲ ਪਰ ਫਿਰ ਤੈਨੂੰ ਪਤਾ ਤਕੜੇ ਸੌਖਾ ਉਹ 1 ਮਿਲੀਅਨ ਜਿਹੜਾ ਸੈਂਟ ਹੁੰਦਾ ਵਾ ਇੱਧਰ ਮਾਰਿਆ ਇੱਧਰ ਮਾਰਿਆ ਹੁਣ ਰਾਤ ਦੇ ਮਤਲਬ ਇੰਨੀ ਗੂੜੀ ਨੀਂਦ ਆਈ ਜਿਹੜੀ ਅੱਖ ਲੱਗੀ ਹੋਈ ਮਤਲਬ ਮੈਂ ਹੁਣ ਕੀ ਹੁਣ ਤੁਹਾਨੂੰ ਦੱਸਾਂ ਯਾਰ ਮਤਲਬ ਰਾਤ ਨਾ ਸੁਪਨੇ 'ਚ ਮੋਦੀ ਸਾਹਿਬ ਆ ਗਏ ਆ ਮਤਲਬ ਮੈਂ ਮੈਨੂੰ ਕਹਿੰਦੇ ਵੀ ਐਂ ਕਰਕੇ ਉਹਨਾਂ ਦੇ ਸਿਕਿਉਰਿਟੀ ਗਾਰਡ ਅੱਗੇ ਸੀਗੇ ਹੁਣ ਕਿਉਂਕਿ ਵੱਡੀ ਸਿਕਿਉਰਿਟੀ ਆ ਨਾ ਮੈਨੂੰ ਪਤਾ ਨਹੀਂ ਸੀ ਕੌਣ ਉਹਨਾਂ ਨੇ ਸਿਕਿਉਰਿਟੀ ਗਾਰਡ ਨੇ ਗੇਟ ਖੜਿਆ ਮੈਂ ਸ਼ੀਸ਼ੇ ਵਿੱਚ ਦੇਖ ਲਿਆ ਬੰਦਾ ਮੈਨੂੰ ਕੋਈ ਦੇਖਿਆ ਨਾ ਇਕੱਲੀ ਸਿਕਿਉਰਿਟੀ ਦਿਖੀ ਸਿਕਿਉਰਿਟੀ ਵਾਲੇ ਕਹਿੰਦੇ ਸਵਾਗਤ ਨਹੀਂ ਕਰੋਗੇ ਮੈਂ ਕਿਹਾ ਭਾਈ ਮੈਂ ਭਾਂਡੇ ਮਾਂਜੇ ਨੇ ਮੇਰੇ ਹੱਥ ਲਿਬੜੇ ਨੇ ਗੇਟ ਖੋਲ੍ਹੇ ਜਾਂ ਖੋਲ੍ਹ ਲਓ ਅੰਦਰ ਆ ਅੰਦਰ ਦੇਖਿਆ ਜਾ ਮੋਦੀ ਸਾਹਿਬ ਮੈਂ ਚੱਲ ਪੈਰੀ ਹੱਥ ਲਾ ਕੇ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਸਤਿ ਸ਼੍ਰੀ ਅਕਾਲ ਅਤੇ ਮੈਂ ਜੇ ਮੈਨੂੰ ਕਹਿੰਦੇ ਕੀ ਮੈਂ ਕਿਹਾ ਮੈਂ ਜੀ ਕੜਾਈਆਂ ਜਾਂ ਮਾਂ ਖੇਡਾ ਕਹਿੰਦਾ ਚੱਲ ਆਪਾਂ ਰੈਲੀ 'ਤੇ ਚੱਲ ਕੇ ਹੁਣ ਮੈਂ ਜੀ ਰੈਲੀ 'ਤੇ ਵੀ ਮੈਂ ਮੇਰੇ ਕੋਲ ਜੀ ਕੁੜਤਾ ਜਾਂ ਮੈਂ ਨਹੀਂ ਕਹਿੰਦਾ ਵੀ ਕੋਈ ਚੱਕਰ ਨਹੀਂ ਮੈਂ ਵੀ ਕੈਪਰੀ ਪਾ ਕੇ ਦੇ ਚਲੇ ਜਾਂਦਾ ਮੈਂ ਕਿਹੜਾ ਪ੍ਰਚਾਰ ਕਰਨਾ ਉਹ ਕਹਿੰਦਾ ਚੱਲ ਹੋ ਚੱਲ ਐਂ ਗੱਲਾਂ ਬਾਤਾਂ ਕਰਦੇ ਕਹਿੰਦਾ ਚੱਲ ਚਾਹ ਕਰ ਲਾ ਕਹਿੰਦਾ ਵੀ ਮੈਂ ਝਾਕਿਆ ਬੈਠੇ ਬੈਠੇ ਗੱਲਾਂ ਚੱਲ ਪਈਆਂ ਮੈਂ ਪੁੱਛਣ ਲੱਗ ਗਿਆ ਚਾਹ ਧਰ ਕੇ ਆ ਗਿਆ ਮੈਂ ਕਿਹਾ ਜੀ ਐਂ ਕਰਕੇ ਵੀ ਕਰੋਨਾ ਦਾ ਕੁਛ ਬਣਿਆ ਵੀ ਵੈਕਸੀਨ ਵੁਕਸੀਨ ਕਹਿੰਦਾ ਨਹੀਂ ਮੈਂ ਵੀ ਸਾਡੇ ਤਾਂ ਇੱਧਰ ਪੁੱਛੋ ਕਿੰਨੀ ਥੌਲੇ ਪੈਣ ਲੱਗ ਗਏ ਵੀ ਨਾਲ ਪਿੰਡ ਆ ਉੱਥੇ ਕੋਈ ਨਹੀਂ ਮੈਂ ਪਤਾ ਨਹੀਂ ਸਹੀ ਹੈ ਮੈਂ ਜੇ ਵੀ ਵੈਕਸੀਨ ਨਹੀਂ ਬਣਦੀ ਵੀ ਆਪਾਂ ਚੀਨ ਤੋਂ ਵੀ ਐਨ ਕੀ ਬਣਵਾ ਲਓ ਵੀ ਜਿਹਦੇ ਨਾਲ ਕਰੋਨਾ ਦਿਖਣ ਲੱਗ ਜਾਏ ਕਹਿੰਦਾ ਵੀ ਉਹਦੇ ਨਾਲ ਕੀ ਹੋਜੂ ਮਾਈ ਵੀ ਅਸੀਂ ਤਾਂ ਚੱਪਲੀਆਂ ਨਹੀਂ ਢਾਲਾਂਗੇ ਵੀ ਅਸੀਂ ਤਾਂ ਦੇਸ਼ ਬਚਾਉਣਾ ਹੁਣ ਹੋਰ ਅਸੀਂ ਕਰੀਏ ਵੀ ਅਸੀਂ ਤਾਂ ਖੜੇ ਆ ਹਰ ਹਾਲਤ ਚਲੋ ਹੱਸਣ ਲੱਗ ਗਏ ਕਹਿੰਦੇ ਜੰਦਰ ਤੂੰ ਵੀ ਬਾਲੀ ਬਾਲੀ ਗੱਲ ਛੱਡਦਾ ਮੈਂ ਹੀ ਹੋਰ ਮੈਨੂੰ ਕਹਿੰਦੇ ਹੋਰ ਫਿਰ ਵੀ ਕਿਵੇਂ ਚੱਲਦੀ ਜ਼ਿੰਦਗੀ ਮੈਂ ਹੀ ਬਸ 2 GB ਅਤੇ ਬਾਕੀ ਡਾਟਾ ਐਡ ਆਉਣਾ ਉਹ ਚੱਲ ਹੱਸਣ ਲੱਗ ਗਏ ਮੈਂ ਇਹੀ ਜ਼ਿੰਦਗੀ ਹੈ ਸਾਡੀ ਤਾਂ ਮੈਂ ਇੱਥੇ ਆ ਕੇ ਚੱਲ ਬਾਈ ਬਾਈ ਹੋ ਜਾਂਦਾ ਚੱਲ ਐਂ ਬੈਠੇ ਬੈਠੇ ਮੈਨੂੰ ਕਹਿੰਦੇ ਵੀ ਕੋਈ ਨਹੀਂ ਉਹਨੇ ਤਾਂ ਦੇਖੋ ਕੁਦਰਤੀ ਆ ਵੀ ਆਪ ਹੀ ਹੋਊਗਾ ਇਹ ਨੋਰਮਲ ਮੈਂ ਕਿਹਾ ਜੀ ਹਾਂ ਵੀ ਮੈਂ ਕਿਹਾ ਵੀ ਚਲੋ ਉਹ ਤਾਂ ਠੀਕ ਹੈ ਮੈਂ ਕਿਹਾ ਵੀ ਆਪਣੇ ਹੁਣ ਇਦੋਂ ਬਾਅਦ ਇੱਕ ਹੋਰ ਬਿਮਾਰੀ ਜਿਹੜੀ ਬਾਲੀ ਭੜੀ ਚੱਲਣੀ ਹੈ ਮੈਨੂੰ ਕਹਿੰਦੇ ਵੀ ਕੋਈ ਨਹੀਂ ਉਹਨੇ ਤਾਂ ਦੇਖੋ ਕੁਦਰਤੀ ਆ ਵੀ ਆਪ ਹੀ ਹੋਊਗਾ ਇਹ ਨੋਰਮਲ ਮੈਂ ਕਿਹਾ ਜੀ ਹਾਂ ਵੀ ਮੈਂ ਕਿਹਾ ਵੀ ਚਲੋ ਉਹ ਤਾਂ ਠੀਕ ਹੈ ਮੈਂ ਕਿਹਾ ਵੀ ਆਪਣੇ ਹੁਣ ਇਦੋਂ ਬਾਅਦ ਇੱਕ ਹੋਰ ਬਿਮਾਰੀ ਜਿਹੜੀ ਬਾਲੀ ਭੜੀ ਚੱਲਣੀ ਹੈ ਮੈਨੂੰ ਕਹਿੰਦੇ ਵੀ ਕੋਈ ਨਹੀਂ ਉਹਨੇ ਤਾਂ ਕਹਿੰਦੇ ਉਹ ਕਿਹੜੀ ਮੈਂ ਕਿਹਾ ਵੀ ਹੁਣ ਇਦੋਂ ਬਾਅਦ ਵੀ ਉਹ ਬਿਮਾਰੀ ਦਾ ਹੱਲ ਕਰਕੇ ਰੱਖੋ ਕੋਈ ਕਹਿੰਦੇ ਕਿਹੜੀ ਮੈਂ ਵੀ ਭਰੋ ਨਾ ਕਹਿੰਦੇ ਇਹ ਕਿਹੜੀ ਬਿਮਾਰੀ ਹੈਗੀ ਮੈਂ ਹੁਣ ਬੈਂਕਾਂ ਵਾਲੀਆਂ ਕਿਸ਼ਤਾਂ ਆ ਗਈਆਂ ਘਰਾਂ ਦੇ ਰੈਂਟ ਰੁੰਟ ਮੈਂ ਹੁਣ ਉਹ ਬਿਮਾਰੀ ਭਰੋਨਾ ਚੱਲੂਗੀ ਕਰੋਨਾ ਦਾ ਭਾਈ ਵੀ ਹੈ ਭੈਣਾਂ 'ਚ ਕਰੋਨਾ ਦੀ ਭਰੋਨਾ ਮੈਂ ਹੁਣ ਉਹਦਾ ਹੱਲ ਕਰਕੇ ਚੱਲ ਆਇਆ ਹੱਸਣ ਖੇਡਣ ਲੱਗ ਗਏ ਮੈਨੂੰ ਕਹਿੰਦੇ ਤੁਸੀਂ ਮੈਨੂੰ ਕਹਿੰਦੇ ਹੋਰ ਫਿਰ ਚੱਲ ਮੈਨੂੰ ਹੱਸਣ ਲੱਗ ਗਏ ਮੈਨੂੰ ਕਹਿੰਦੇ ਹੋਰ ਵੀ ਜ਼ਿੰਦਗੀ ਕਿਵੇਂ ਚੱਲਦੀ ਹੈ ਮੈਂ ਕਿਹਾ ਜੀ ਬਸ ਦਿਲ 'ਚ ਬਹੁਤ ਗੱਲਾਂ ਦੱਬੀਆਂ ਹੋਈਆਂ ਨੇ ਕਹਿੰਦੇ ਦੱਸ ਦੇ ਵੀ ਆਪਾਂ ਗੱਲ ਰੈਲੀ 'ਤੇ ਜਾਂਦੇ ਮੈਂ ਨਹੀਂ ਜੀ ਮੈਂ ਇਹ ਗੱਲਾਂ ਵੀ ਮੈਂ ਜੀ ਬਸ ਕੇਅਰ ਫੰਡ ਵਰਗੀਆਂ ਨੇ ਮੈਂ ਕਹਿੰਦੇ ਅੰਦਰ ਬਹੁਤ ਕੁਛ ਆ ਮੈਂ ਦਿਲ 'ਚ ਮੈਂ ਮੇਰੇ ਦਾਦਾ ਤਾਂ ਨਹੀਂ ਹੈਗੀ ਮੈਂ ਚੱਲ ਹੱਸਣ ਲੱਗ ਗਿਆ ਮੈਨੂੰ ਧੱਪੇ ਜੇ ਮਾਰਨ ਲੱਗ ਗਏ ਪੈਸੇ ਹੱਸਦੇ ਖੇਡਦੇ ਐਂ ਗੱਲਾਂ ਕਹਿੰਦੇ ਮੈਂ ਕਿਹਾ ਜੀ ਲਓ ਉਹ ਚਾਹ ਕੱਪ ਉੱਤੇ ਨਹੀਂ ਭਰ ਗਿਆ ਮੈਨੂੰ ਕਹਿੰਦੇ ਯਾਰ ਘੱਟ ਕਰ ਦੇ ਮੈਂ ਵੀ ਤੁਸੀਂ ਮੈਂ ਮੁੰਡਾ ਐਂ ਕਹਿੰਦਾ ਸਾਡੇ ਰਿਸ਼ਤੇਦਾਰੀ ਐਂ ਕਰਦੇ ਨੇ ਗੱਲਾਂ ਵੀ ਇਹ ਚਾਹ ਘੱਟ ਕਰ ਦੂੰ ਮੈਂ ਤੁਸੀਂ ਕਹਿੰਦੇ ਵੀ ਹਾਂ ਮੈਨੂੰ ਬਾਹਲੀ ਜਗ੍ਹਾ ਪੀਣੀ ਪੈਂਦੀ ਆ ਮੈਂ ਮੈਨੂੰ ਐਂ ਮੈਂ ਚੱਲ ਸਾਰੇ ਬਹਿੰਦੇ ਆਉਣਗੇ ਮੈਂ ਹੀ ਰੈਲੀ ਕੀਤਾ ਕਹਿੰਦਾ ਕਲਕੱਤੇ ਫਿਰ ਮੈਂ ਕਿਹਾ ਜੀ ਐਂ ਕਰੋ ਵੀ ਤੁਸੀਂ ਨਿਕਲੋ ਵੀ ਤੁਸੀਂ ਤਾਂ ਤੁਹਾਡਾ ਤਾਂ ਜਾਂ ਵੱਡਾ ਸਿਕਿਉਰਿਟੀ ਨੇ ਮੈਂ ਹੀ ਮੈਂ ਮਗਰ ਸਾਈਕਲ ਆਉਣਾ ਵੀ ਮੈਂ ਕੱਲ੍ਹ ਮੈਂ ਮੈਨੂੰ ਸਟੇਸ਼ਨ ਤੋਂ ਚੱਕ ਲਿਆ ਮੈਂ ਸਿਕਿਉਰਿਟੀ ਆਉਣ ਕਹਿ ਤਾ ਮੈਂ ਹਲੇ ਐਂ ਕਹਿ ਕੇ ਚੱਲ ਮੈਂ ਕਿਹਾ ਵੀ ਤੁਸੀਂ ਉਹਨੇ ਚਾਹ ਪੀ ਮੈਂ ਚਾਹ ਪਾ ਕੇ ਮੈਂ ਨਾ ਸਾਈਕਲ ਦਾ ਉਹ ਜਿਹੜਾ ਕੁੱਤਾ ਜਿਹਾ ਲੱਗਿਆ ਹੁੰਦਾ ਮੈਂ ਸਟੈਂਡ ਤੇ ਹਜੇ ਲਾਤੀ ਠੋਕੀ ਭੈਣ ਖੇਸ ਜਿਹਾ ਭੈਣ ਦਾ ਉਹ ਹੋ ਗਿਆ ਜਲਦੀ ਨਾਲ ਦੀ ਨਾਲ ਹੀ ਲੰਡਰ ਦੀ ਚੇਕ ਮੈਂ ਕਿਹਾ ਭੈਣ ਯਾਰ ਦੇਖਿਆ ਆਲੇ ਦੁਆਲੇ ਉੱਠ ਕੇ ਕਿਹੜੀ ਸਿਕਿਉਰਿਟੀ ਮੂਹਰੇ 1 ਲੀਟਰ ਪਾਣੀ ਦਾ ਭਰਿਆ ਪਿਆ ਸੀ ਉਹ ਵੀ ਡੋਲ ਲਿਆ ਭੈਣ ਕਿਹੜੀ ਸਿਕਿਉਰਿਟੀ ਕਿਹੜਾ ਲੀਟਰ ਮੈਂ ਫਿਰ ਮੈਂ ਉੱਠ ਕੇ ਦੇਖਿਆ ਫੋਟੋ ਮੈਂ ਲਾਈਵ ਲੂਵ ਮੈਂ ਕਿਤੇ ਚੱਲਦੇ ਨੇ ਮੋਦੀ ਸਾਹਿਬ ਰੈਲੀ ਵੀ ਮੇਰੇ ਸੁਪਨੇ ਜ਼ਿਆਦਾਤਰ ਸੱਚ ਹੁੰਦੇ ਨੇ ਪਰ ਕਿਤੇ ਨਹੀਂ ਸੀਗਾ ਸੋ ਫਰੈਂਡਸ ਇਹ ਸੀ ਅੱਜ ਤੱਕ ਦਾ ਲੰਡਰ ਤੋਂ ਲੈਂਡਰ ਸੁਪਨਾ ਹੁਣ ਤੁਸੀਂ ਜੁੜਨਾ ਜੁੜੋ ਨਹੀਂ ਹੋਣਾ ਨਾ ਜੁੜੋ ਤੇ ਦੱਸਣਾ ਦੱਸੋ ਨਹੀਂ ਦੱਸਣਾ ਨਾ ਦੱਸੋ ਕਿਵੇਂ ਲੱਗਿਆ।